ਅੱਜ
ਸਰਬ ਸਵਾਲ ਸੱਚ ਮਾਰਗ ਚਲਦਿਆ ਉਸਤ ਕਰੈ ਜਹਾਨ ਹਰ ਸਭ ਤੇ ਸਗਲ ਪੁੰਨ ਜੀ ਦਾ ਪ੍ਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਇ ਪਰ ਸੁਜਾ ਨਰਿਆ ਪ੍ਰਭੁ ਆਪਣਾ ਨਾਨਕ ਤੇ ਪ੍ਰਵਾਨ ਤਾਂ ਸੁਥੇ ਸੇ ਕਰ ਗਿਆ ਕੋਲਾ ਹੋ ਪਹਿਰਾ ਹਰ ਗੁਰੂ ਉਪਾਜਨਾ ਹਰ ਸਭ ਪ੍ਰਗਟਿਆ ਸੰਸਾਰੇ ਰਾਮ ਕੇ ਕਰਕੇ ਪਾਲਿਆ ਸਭ ਸੇ ਪੂਰੇ ਕੋਤੇ ਜਾਣੇ ਹੁਣ ਕਹਿ ਤੁਨੀ ਤੂੰ ਕਹਿ ਦੇ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਗਰ ਨਿਵਾਸੀ ਸਰਵ ਸਾਧ ਜੀਆਂ ਬੇਨਤੀ ਕੀਤੀ ਜਾਂਦੀ ਹੈ, ਆਪ ਜੀ ਨੂੰ ਪਤਾ ਹੀ ਹੈ ਕਿ ਅੱਜ ਸਰਾਧ ਦਾ ਦਿਹਾੜਾ ਹੈ। ਸੋਹਣ ਬਾਰਾਂ ਮਾਜੇ ਭੋਗ ਪਏ ਹਨ, ਰਾਗੀ ਸਵੇਰ ਉੱਠੇ ਗਿਆਰਾਂ ਵਜੇ ਤੱਕ ਆਪ ਜੀ ਨੂੰ ਕੀਰਤਨ ਰਾਗੀ ਹਾਲ ਕਰਨਗੇ। ਜੋ ਜਿਹੜੇ ਸਿੰਘ ਅਜੇ ਤੱਕ ਗੁਰਦੁਆਰਾ ਮਾਰ ਵਿੱਚ ਨਹੀਂ ਪਹੁੰਚੀ ਹੈ, ਉਹਨਾਂ ਨੂੰ ਬੇਨਤੀ ਹੈ ਮੈਂ ਗੁਰਦੁਆਰਾ ਵਿੱਚ ਪਹੁੰਚਣ ਦੀ ਪਾਲਤਾ ਕਰਾਂ। ਜੋ ਕਿ
समय समय से अपनी कैद कमाई क्यों संतां की सेवा करते हैं कि क्योंकि दो दिन बाद ही इस एको जे सेवा के संबंध च दास इतने पहुंचा कोई गुरपुरब की सेवा चल रही पी सी कोई फिर सेवा बाबा जी ने अपने वालों संगत की सेवा की तो ये बहुत ही वधिया गल है कि एक जो गुरु घर का ग्रंथी सिंह जो आप सेवा करता है वल देख के होर संगतां दे मन च भी जाओ पैदा होता है कि असी भी गुरु घर च जाके सेवा करिए। तो जिथे ज्ञानी जी का सुभा बहुत वधिया इंसान सारे के नाल प्रेम भावना वाला सुभा है उच्च सेवा भावना वाला सुभा होगी है। तीसरी गल एक होर बहुत वधिया है कि ज्ञानी जी जदों पाठ पढ़ते हैं बहुत सारे ग्रंथी कुदरत की देन के जो बोलते मत पता ही नहीं लगता भी वह की पढ़ते हैं। तो जो निहाल सिंह जी बाणी का जाप संगत पढ़ के सुनाते हैं कले कले लगता जी का पता लग जाता कि बाबा जी पढ़ते की रहे तो इन्होंने ग्रंथ कौन हैं। मैं इन्होंने अपने जथे वालों पिंड दंगत वालों इन्होंने प्यारे सपुत्र के विह की बहुत बहुत बधाई सारी संगत वालों अपने जथे वालों बाबा जी को पेश करना बाबा जी के इन्हों बच्चों के महाराज जी मेरा भरिया हाथ रख आने वाला ग्रस्थी जीवन सुखी जीवन गुरसिखी वाला जीवन इन्होंने बच्चों ਧੰਨਵਾਦ ਹੈ। ਜਿਵੇਂ ਅੱਜ ਸੰਗਰਾਮ ਦਾ ਦਿਨ ਹੈ ਗੁਰਬਾਰਾ ਮਹਾਰਾਜ ਜੀ ਦਾ ਪਾਠ ਬਾਬਾ ਜੀ ਨੇ ਆਪ ਜੀ ਨੂੰ ਸਰਵਣ ਕਰਾਇਆ ਹੈ ਤੋ ਸਾਧ ਸੰਗਤ ਜੀ ਉਹ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਗੁਰੂ ਅਰਜਨ ਦੇਵ ਜੀ ਨੇ ਬਾਰਾਂ ਮਾਹਾਂ ਦਾ ਪਾਠ ਰਚਿਆ ਮਾਝ ਰਾਮ ਤੋ ਸਾਧ ਸੰਗਤ ਜੀ ਉਹ Thank you.
ਸਭ ਮਿਥਿਆ ਸ
ਸੰਸਾਰ ਦੇ ਨਾਲ ਇੱਕ ਪ੍ਰਬੰਧ ਪਏਗਾ ਕਿ ਸਤਿਗੁਰ ਜੀ ਦੀ ਬਾਣੀ ਦੇ ਮੁਤਾਬਕ ਕਈ ਗੋਰੀ ਸਿੱਧੀ ਉੱਤੇ ਪਤਾਰ ਉੱਤੇ ਗੜ ਪਵੇ ਸੰਸਾਰ ਪਤਾਰ ਕਹਿੰਦੇ ਨੇ ਪਤੀ ਨੂੰ ਕਈ ਵਾਰੀ ਸਾਡੇ ਦੇਖਣ ਚ ਇਹ ਗੱਲ ਆਉਂਦੀ ਹੈ ਕਈ ਔਰ ਧਾਰਮਿਕ ਦੇਵੀ ਸੁੰਦਰ ਸਰੂਪ ਹੋਵੇ ਉਹਦੇ ਪਤੀ ਨਾਲ ਉਹਦੀ ਇਸੇ ਗੱਲੋਂ ਟੁੱਟੇ ਜਾਂਦੀ ਹੈ ਪਤਾਰ ਪਤੀ ਨੂੰ ਕਿਹਾ ਗੋਰੀ ਸਿੱਧੀ ਟੁੱਟੇ ਪਤਾਰ ਬੁੱਢੀ ਗੱਡ ਪਵੇ ਸੰਸਾਰ ਕਈ ਉਹਦੇ ਪੁੱਤਰ ਦੀ ਪੈਦਾ ਉਹਦੀ ਇਸਤਰੀ ਵੀ ਇਸੇ ਕਰਕੇ ਆਪਣੇ ਪਤੀ ਨੂੰ ਮਿਲਦੀ ਟੁੱਟ ਜਾਂਦੀ ਹੈ ਜਦੋਂ ਪੁੱਤਰ ਪ੍ਰਾਪਤ ਹੋ ਜਾਂਦਾ ਹੈ ਤਾਂ ਫਿਰ ਸੰਸਾਰ ਦੇ ਲੋਕ ਕਹਿੰਦੇ ਨੇ ਇਹਦੀ ਹੁਣ ਸੰਸਾਰ ਨਾਲ ਲੱਗ ਪੈ ਗਈ ਹੈ ਫਿਰ ਮਾਤਾ ਪਿਤਾ ਉਸ ਬੱਚੇ ਨੂੰ ਬੜੇ ਚਾਵਾਂ ਨਾਲ ਪਾਲਦੇ ਹੈ ਵੀ ਕਦੋਂ ਇਹ ਬੱਚਾ ਵਿਆਹ ਦੇ ਯੋਗ ਹੋਵੇ ਤੇ ਅਸੀਂ ਨੌਂ ਲੈ ਕੇ ਆਵਾਂਗੇ ਤੇ ਦੋਨੋਂ ਕਰਕੇ ਸਾਡੀ ਬੜੀ ਵੱਡੀ ਸੇਵਾ ਕਰਦੇ ਹਰੇਕ ਮਾਂ ਆਉਂਦੀ ਹੈ ਉਹ ਰੀਤੀਆਂ ਹੁੰਦੀਆਂ ਸੇਵਾ ਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੱਚੇ ਸੌਦੇ ਕਰਨ ਤੋਂ ਬਾਅਦ ਬਾਬਾ ਜੀ ਆਪਣੀ ਭੈਣ ਦੇ ਨਾਲ ਸਰਦਾਰਪੁਰ ਚਲੇ ਗਏ ਇਹਦੇ ਨਾਲ ਵੀ 5 ਸਾਲ ਵੱਡੀ ਸੀ ਮਹਾਰਾਜ ਕੋਲ ਜਿਹਦੇ ਨਾਲ ਕਿ ਉਹਨਾਂ ਨੂੰ ਨਾਲ ਲੈ ਕੇ ਸਰਦਾਰਪੁਰ ਚਲੇ ਗੁਰੂ ਨਾਨਕ ਦੇਵ ਜੀ ਜਾਂਦੇ ਹੀ ਕਹਿੰਦੇ ਭੈਣ ਜੀ ਕੋਈ ਵੀ ਭਰਾ ਆਪਣੀ ਭੈਣ ਦੇ ਘਰ ਵਿੱਚ ਰਹਿ ਕੇ ਵਿਹਲਾ ਰਹਿ ਕੇ ਪਰਿਵਾਰ ਨੂੰ ਛੱਡਦਾ ਰਹੇ ਇਹ ਗੱਲ ਸੋਚਦੀ ਨਹੀਂ ਮੈਨੂੰ ਕਿਸੇ ਕੰਮ 'ਚ ਲਵਾ ਦਿਓ ਤਾਂ ਬੇਬੇ ਨਾਨਕ ਜੀ ਦੇ ਪ੍ਰਾਹੁਣਾ ਸੁਲਤਾਨਪੁਰ ਦੇ ਨਵਾਬ ਦੌਲਤਾਂ ਪਾਸ ਨੌਕਰੀ ਕਰਦਾ ਸੀ ਉਹਨੇ ਗੁਰੂ ਨਾਨਕ ਦੇਵ ਜੀ ਕੋਈ ਮੋਤੀ ਖਾਨੇ ਦਾ ਕੰਮ ਦਵਾ ਬਾਬਾ ਜੀ ਨੇ ਜਾ ਕੇ ਜਦੋਂ ਜਾਣਦੇ ਹੀ ਰੱਖੇ ਨਾ ਮੋਦੀ ਖਾਨੇ ਦੇ ਅੰਦਰ ਤਾਂ ਭਾਈ ਗੁਰਦਾਸ ਜੀ ਆਪਣੀ ਵਾਰ 'ਚ ਲਿਖਦੇ ਨੇ ਜਿੱਥੇ ਬਾਬਾ ਪੈਰ ਧਰੇ ਪੂਜਾ ਅਰਸਨ ਆਪਣ ਸੋਹਾ ਉਹੀ ਜਗ੍ਹਾ ਪੂਜਣ ਦੇ ਯੋਗ ਹੋ ਜਾਂਦੀ ਸੀ ਜਿੱਥੇ ਬਾਬਾ ਜੀ ਜਾ ਕੇ ਚਰਨੀ ਰੱਖਦੇ ਜਦੋਂ ਬਾਬਾ ਜੀ ਨੇ ਦੁਕਾਨ ਦੇ ਅੰਦਰ ਮੋਦੀ ਖਾਨੇ ਦੇ ਅੰਦਰ ਚਰਨੀ ਰੱਖੇ ਰਿੱਧੀਆਂ ਸਿੱਧੀਆਂ ਸਭ ਸ਼ਕਤੀਆਂ ਸੇਵਾ ਚ ਹਾਜ਼ਰ ਹੋ ਗਏ ਬਾਬਾ ਜੀ ਤੋਲਣ ਬਹਿ ਗਿਆ ਕਈ ਦਿਨ ਸੋਟਾ ਤੋਲਦੇ ਰਹੇ ਇੱਕ ਦਿਨ ਇੱਕ ਸੰਤ ਮਹਾਤਮਾ ਆਇਆ ਤੇ ਜਦੋਂ ਸੋਟਾ ਲੈਣ ਆਇਆ ਗੁਰੂ ਨਾਨਕ ਸਾਹਿਬ ਕਹਿੰਦੇ ਸੰਤ ਜੀ ਧੰਨਵਾਦ ਤੁਸੀਂ ਦਰਸ਼ਨ ਦਿੱਤੇ ਬਚਾਓ ਪੱਲਾ ਤੁਹਾਨੂੰ ਸੋਟਾ ਦੇਈਏ ਪ੍ਰਸਾਦ ਸੰਗਤ ਜੀ ਸੰਤ ਨੇ ਪੱਲਾ ਵਿਖਾ ਦਿੱਤਾ ਆਪਣਾ ਚਾਦਰ ਕਿਹੜੀ ਲਿਆਇਆ ਸੀ ਵੱਟ ਵੰਡਣੀ ਸੀ ਸਮਾਨ ਦੀ ਗੁਰੂ ਨਾਨਕ ਦੇਵ ਜੀ ਤੋਲਣ ਲੱਗ ਪਏ ਤੋਲਦੇ ਤੋਲਦੇ ਜਦੋਂ ਤੇਰਾਂ ਤੇ ਗਏ ਨਾ ਤਾਂ ਵਾਹਿਗੁਰੂ ਦਾ ਧਿਆਨ ਕਰਕੇ ਕਹਿੰਦੇ ਨੇ 13 ਤੇ 7 ਦੇ ਪੱਲੇ ਤੇ ਰੋ ਲੱਗਣਾ ਸ਼ੁਰੂ ਕਰ ਦਿੱਤਾ ਬਸ ਫਿਰ ਅੱਧੀ ਗਏ ਵੱਟ ਵੰਡ ਦਿੱਤੀ 13 ਕਹਿ ਕੇ ਤੇ ਸਾਧ ਸੰਗਤ ਜੀ ਮੰਗਦਿਆਂ ਦੇ ਮੁਕਤ ਹੋਰਿਆਂ ਦੀ ਭੀੜ ਲੱਗ ਗਈ ਇਹ ਬੈਜ ਤਾਂ ਲੈ ਨਹੀਂ ਤੇ ਸੰਤਾਂ ਤੋਂ ਆਪਾਂ ਵੀ ਝੋਲੀਆਂ ਭਰਾ ਲਈਏ ਇਹ ਲੜਕਾ ਮਸਤ ਸੁਭਾਅ ਦਾ ਲੱਗਦਾ ਲੋਕੀ ਝੋਲੀਆਂ ਭਰਾਉਣ ਲੱਗ ਪਏ ਸਾਧ ਸੰਗਤ ਜੀ ਉੱਧਰ ਚੁਗਲੀ ਕਰਨ ਵਾਲੇ ਨਵਾਬ ਕੋਲ ਪਹੁੰਚ ਗਏ ਨਵਾਬ ਸਾਹਿਬ ਜੇ ਹਿਸਾਬ ਕਰ ਲਓ ਤਾਂ ਚੰਗੀ ਗੱਲ ਆ ਇਹ ਲੜਕਾ ਮਸਤ ਸੁਭਾਅ ਦਾ ਹੈ ਲੱਗਦਾ ਤੇ ਇਹ ਮੈਂ ਪੈਸੇ ਲੈਂਦਾ ਨੀ ਇੱਕ ਦਿਨ ਮਸਤ ਹੋ ਗਿਆ ਪੈਸੇ ਨੀ ਲੈ ਕੇ ਇਹ ਤੋਂ ਤੇ ਹੁਣ ਹੁਣ ਹਿਸਾਬ ਕਰ ਲਓ ਨਹੀਂ ਘਾਟਾ ਪੈ ਜਾਣਾ ਜਦੋਂ ਘੱਟ ਹਿਸਾਬ ਕੀਤਾ ਤਾਂ ਬਾਬਾ ਜੀ ਦੇ 135 ਰੁਪਈਏ ਮੁਨਾਫਾ ਹੋ ਗਿਆ ਹਜ਼ਾਰ ਦਾ ਸਮਾਨ ਲਿਆਂਦਾ ਸੀ
ਤੇ ਹਜ਼ਾਰ ਦੇ ਉੱਤੇ 135 ਰੁਪਈਏ ਬਣਾ ਦਿੱਤਾ ਸਮਾਰਾਏ ਲੋਕੀ ਕਹਿੰਦੇ ਵੇ ਦੀਆਂ ਦੀ ਕੁੱਲ
ਪਵਿੱਤਰ ਪਵਾਈ ਦਾ ਧਿਆਨ ਰੱਖਿਆ ਬੋਲਣਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰ ਦਾ ਧਿਆਨ ਰੱਖੇ ਬੋਲਣਾ ਜੀ ਵਾਹਿਗੁਰੂ ਰਾਜ ਕਰੇਗਾ ਖਾਲਸਾ ਕੀ ਰਹਿਣਾ ਪਾਰ
ਮਜਬੂਰੀ ਦੇ ਵਿੱਚੋਂ ਪੈਦਾ ਹੁੰਦੇ ਹੈ ਉਹਨਾਂ ਦੇ ਛੱਡੇ ਕਦਮ ਦਾ ਸਦਕਾ ਬੜੀਆਂ ਤਰੱਕੀਆਂ ਕਰ ਜਾਂਦੇ ਨੇ ਸਾਰੇ ਕੁਛ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਵੀ ਇੱਕ ਚੌਦਾਂ ਪਿੰਡ ਬੰਦਿਆਂ ਦੇ ਉੱਥੇ ਵੀ ਇਹੀ ਹਾਲ ਹੋਈ ਹੈ ਉਹ ਬੰਦਾ ਬੜੀ ਤਕੜੀ ਜਾਇਦਾਦ ਦਾ ਮਾਲਕ ਹੈ ਚੰਗੀ ਤਰ੍ਹਾਂ ਸੁਣ ਲਿਓ ਬੀਬੀਓ ਮੈਂ ਤੁਹਾਡੀ ਗੱਲ ਕਰਦਾ ਆ ਜਿਹੜੀ ਕਹਾਣੀ ਤੁਹਾਡੀ ਹੈ ਉਹ 40 ਕਿੱਲਿਆਂ ਦਾ ਮਾਲਕ ਜ਼ਿਮੀਦਾਰ ਪਰਮਜੀਤ ਕਾਂਗਰੇਡ ਇੱਕ ਏਕੜ ਦੇ ਵਿੱਚ ਮਕਾਨ ਬਣਾਇਆ ਇੱਕੋ ਹੀ ਪੁੱਤ ਸੀ ਉਹ ਨਸ਼ੇੜੀ ਹੋ ਗਿਆ ਘਰਾਂ ਦੇ ਦਰਵਾਜ਼ੇ ਤੱਕੀਆਂ ਖਿੜਕੀਆਂ ਕਾਟਰ ਕੀ ਜੰਗਲੇ ਉਧੇੜ ਕੇ ਸਰੀਏ ਤੱਕ ਦੇਖ ਗਿਆ ਤੁਹਾਡੇ ਕੰਮ ਦਾ ਚੰਗੇ ਪਿਛਲੇ ਤੁਹਾਡੀ ਤਪੱਸਿਆ ਤੁਸੀਂ ਆ ਗਏ ਗੁਰੂ ਦੇ ਗੋਲ ਵਿੱਚ ਪਰ ਤੁਹਾਡੀ ਮਲੈਕੀ ਆ ਕੇ ਤੁਸੀਂ ਗੁਰਦੁਆਰੇ ਆ ਕੇ ਵੀ ਗੱਲਾਂ ਕਰੀ ਜਾਣੀਆਂ ਉਸ ਨਸ਼ੇੜੀਆਂ ਵਾਲਾ ਤੁਹਾਡਾ ਪਾ ਲਿਆ ਮੱਤ ਜਾਣੇ ਹੋ ਤੁਸੀਂ ਕੁਛ ਕੱਟ ਕੇ ਜਾਣਾ ਹੈ ਤੁਹਾਡੀ ਪਿਛਲੇ ਜਨਮਾਂ ਜਨਮਾਂ ਦੀ ਕਮਾਈ ਹੈ ਤੁਹਾਨੂੰ ਗੁਰੂ ਦੇ ਚਰਨਾਂ ਵਿੱਚ ਬੈਠਣ ਦਾ ਸਮਾਂ ਮਿਲ ਗਿਆ ਜੇ ਬੱਚੇ ਹੈ ਉਹਨਾਂ ਨੂੰ ਵੀ ਸੰਭਾਲ ਕੇ ਰੱਖੋ ਕਿ ਸੰਗਤ ਡਿਸਟਰਬ ਨਾ ਹੋਵੇ ਜਿਹਨਾਂ ਦੇ ਬੱਚੇ ਉਹਨਾਂ ਨੂੰ ਦੇਖਦੀ ਹੈ ਜਿੰਨਾ ਚਿਰ ਬਹਿਣਾ ਹੈ ਸੰਗਤ ਵਿੱਚ ਬਿਸ਼ਕ ਬਾਹਰ ਬੈਠ ਜਾਓ ਬੜੀ ਜਗ੍ਹਾ ਅਤੇ ਜੇ ਫਿਰ ਉਸੇ ਤਰ੍ਹਾਂ ਦੀ ਹਾਲਾਤ ਤੁਸੀਂ ਆਪਣੇ ਘਰ ਦੇ ਚਾਹੁੰਦੇ ਹਾਂ ਅਤੇ ਸਾਡੇ ਘਰ ਦੇ ਵੀ ਉਹ ਹਾਲ ਹੋਣ ਜਿਹੜੇ ਉਹਨਾਂ ਨਸ਼ੇੜੀਆਂ ਦੇ ਹੋਏ ਆ ਜ਼ਿੰਦਗੀ ਕੀ ਉਹਨਾਂ ਪੀੜ੍ਹੀਆਂ ਨੇ ਵੀ ਚੇਤੇ ਰੱਖਣਾ ਇਹਨਾਂ ਦੇ ਘਰਾਂ ਦੇ ਵਿੱਚ ਕੋਈ ਨਲਾਇਕ ਜੱਪਿਆ ਸੀ ਉਹ ਨਲਾਇਕ ਇਹਨਾਂ ਦੇ ਘਰ ਜੰਮਦੇ ਹੈ ਔਰ ਜਿਹੜੇ ਤੁਸੀਂ ਗੁਰੂ ਘਰ ਪਾਵਾਂ ਕੀ ਗੱਲਾਂ ਕੁੜ ਕਰੀ ਜਾਣੀਆਂ ਜਿਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਪਹਿਲਾਂ ਜਿਹੜੀਆਂ ਮਰਜ਼ੀ ਬਾਹਰ ਜਾ ਕੇ ਕਰੀ ਜਾਓ ਇਹ ਸਰਾਪ ਨੇ ਤੁਹਾਡੇ ਪਿਛਲੇ ਚੰਗੇ ਕਰਮ ਸੀ ਤੁਹਾਨੂੰ ਸੰਗਤ ਦੇ ਵਿੱਚ ਬੈਠਣ ਦਾ ਸਮਾਂ ਮਿਲ ਗਿਆ ਸਤਿਗੁਰੂ ਕਹਿੰਦੇ ਨੇ ਨਚ ਦੁਰਲਭਮ ਧਨਮ ਰੂਪਮ ਨਚ ਦੁਰਲਭਮ ਸਵਰਗ ਰਾਜ ਨੇ ਧਨ ਤੇ ਰੂਪ ਹੋ ਜਾਣਾ ਦੁਰਲਭ ਨਹੀਂ ਅੱਜ ਇਹਨਾਂ ਕੱਪੜਿਆਂ ਵੱਲ ਤੁਸੀਂ ਜਿਹਨਾਂ ਦੀਆਂ ਗੱਲਾਂ ਕਰਕੇ ਸਾਰੀ ਦਿਹਾੜੀ ਗੁਜ਼ਰਦੀ ਹੈ ਨਾ ਇਹ ਕੋਈ ਖਾਸ ਚੀਜ਼ਾਂ ਨਹੀਂ ਸਵਰਗ ਦਾ ਵੀ ਰਾਜ ਹੋ ਜਾਵੇ ਤੂੰ ਇੰਦਰ ਦੇਵ ਤੋਂ ਬਣ ਜਾਵੇ ਇਹ ਕੋਈ ਬੜੀ ਗੱਲ ਨਹੀਂ ਕਹਿੰਦੇ ਫਿਰ ਨਚ ਦੁਰਲਭਮ ਭੋਜਨਮ ਵਿੰਜਨਮ ਬਹੁਤ ਸੁੰਦਰ ਵਾਤਾਵਰਨ ਕੱਪੜੇ ਵਸਤਰ ਮਿਲ ਜਾਣ ਤੇਰੇ ਹੱਥੇ ਦੀਆਂ ਸ਼ਕਤੀਆਂ ਹੁਣ ਮਨੁੱਖ ਤੋਂ ਚਾਹੇ ਮੀਂਹ ਪਵਾ ਦੇਵੇ ਚਾਹੇ ਠੰਡ ਕਰ ਦੇਵੇ ਗਰਮੀਆਂ ਦੇ ਵਿੱਚ ਬਾਦਲ ਬਿਨ ਵਰਖਾ ਹੋਈ ਅੰਧੇਰੇ ਰਾਤ ਕੋਈ ਤੇਰੇ ਹੁਕਮ ਦੇ ਅੰਦਰ ਇਹ ਦੇਵਤੇ ਆ ਜਾਣ ਇਹ ਵੀ ਦੁਰਲਭ ਨਹੀਂ ਅੱਜ ਦੁਰਲਭ ਨੂੰ ਸਵੱਛ ਅੰਦਰ ਹੈ ਅਸਮਾਨ ਤੇ ਉਹ ਕਾਬੂ ਵਿੱਚ ਆ ਗਿਆ ਇਹ ਕੋਈ ਦੁਰਲਭ ਨਹੀਂ ਬਹੁਤ ਰਿਸ਼ਤੇਦਾਰ ਹੋਣ ਬਹੁਤ ਸੱਜਣ ਬਣ ਜਾਣ ਕੋਈ ਦੁਰਲਭ ਨਹੀਂ ਚੰਗਾ ਪਰਿਵਾਰ ਹੋਵੇ ਇਹ ਕੋਈ ਦੁਰਲਭ ਨਹੀਂ ਇਹ ਕੋਈ ਔਖੀ ਗੱਲ ਨਹੀਂ ਬਹੁਤ ਸਿਆਣਾ ਹੋ ਜਾਵੇ ਇਹ ਕੋਈ ਮੁਸ਼ਕਲ ਨਹੀਂ ਬਹੁਤ ਜ਼ਿਆਦਾ ਗੱਲਾਂ ਨਾਲ ਗੁਜ਼ਰਿਆਂ ਨੂੰ ਹਰਾਉਣਾ ਵਾਲਾ ਬਣ ਜਾਵੇ ਇਹ ਕੋਈ ਛੋਟੀ ਜਿਹੀ ਗੱਲ ਹੈ ਇਹ ਗੱਲ ਹੈ ਨਚ ਦੁਰਲਭਮ ਵਿਦਿਆ ਪ੍ਰਵੀਨ ਨਚ ਦੁਰਲਭਮ ਚਤਰ ਚੰਚਲ ਹੈ ਸਤਿਗੁਰੂ ਪੰਚਮ ਪਾਤਸ਼ਾਹ ਦੇ ਕੋਲੋਂ ਪੁੱਛਿਆ ਵਿਦਵਾਨ ਸੀ ਪੰਡਿਤ ਪੁੱਛਣ ਵਾਲੇ ਪੰਡਿਤ ਗੋਪਾਲ ਦੱਤ ਦਾ ਪੁੱਤਰ ਕਹਿੰਦਾ ਮਹਾਰਾਜ ਦੁਰਲਭ ਕੀ ਹੈ ਕਹਿੰਦੇ ਦੁਰਲਭ ਭਗਵਾਨ ਨਾਮੈ ਕਹਿੰਦੇ ਦੁਰਲਭ ਹੈ ਉਹ ਮਾਲਕ ਦਾ ਨਾਮ ਹੈ ਤੇ ਲੱਭਦਾ ਕਿੱਥੋਂ ਹੈ ਨਾਨਕ ਲਭਦਿਆਂ ਨੂੰ ਸਾਧ ਸੰਗ
ਜਿਹੜੀ ਸੰਗਤ ਵਿੱਚ ਤੁਸੀਂ ਬੈਠੇ ਹੋ ਇੱਥੇ ਮਿਲਣਾ ਤੇ ਸੰਗਤ ਕਿੱਦਾਂ ਮਿਲਣੀ ਹੈ? ਕਿਰਪਾ ਪ੍ਰਭੂ ਉਹ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਸੰਗਤ ਮਿਲਦੀ ਹੈ। ਉਹ 40-50 ਕਿਰਤੇ ਹੈਗੀ ਹੈ, ਬੇਸ਼ੁਮਾਰ ਭਗਤੀ ਹੋਈ ਤੁਹਾਡੀ ਪਿਛਲੇ ਜਨਮਾਂ ਦੀ ਤਾਂ ਸੰਗਤ ਵਿੱਚ ਆਇਆ, ਐਵੇਂ ਨਹੀਂ ਆਇਆ। ਖੁਦ ਸਤਨਾਮ ਸ੍ਰੀ ਵਾਹਿਗੁਰੂ। ਇਹ ਹੀਰੇ ਲਾਲ ਨਾ ਗਵਾ ਦਿਓ, ਜੇ ਚਲੇ ਗਏ ਨਾ। ਬਾਦਸ਼ਾਹ ਨੇ ਲਿਖਿਆ ਚੱਲੇ ਚੁਆਰੀ ਦੋਏ ਹੱਥ ਚਾਰ। ਇਹ ਗੁਰਬਾਣੀ ਕਹਿ ਰਹੀ, ਮੈਂ ਨਹੀਂ ਕਹਿ ਰਹੀ। ਫਿਰ ਅੱਜ ਦਾ ਦਿਨ ਬੜਾ ਮੁਬਾਰਕ ਦਿਨ ਹੈ ਇਸ ਸਾਰੇ ਸਾਲ ਦੇ ਵਿੱਚੋਂ ਵੱਡਾ ਮਹੀਨਾ ਜੇਠ। ਇਹਨੂੰ ਜੇਠ ਸ਼ਬਦ ਦੇ ਅਰਥ ਨੇ ਵੱਡਾ। ਇਹ ਮਹੀਨਾ ਬਹੁਤ ਹੀ ਗੌਰ ਦੇਸੀ ਮਹੀਨਿਆਂ ਵਿੱਚ ਜਦੋਂ ਗਿਣਤੀ ਕੀਤੀ ਜਾਂਦੀ ਹੈ ਨਾ, ਇਸ ਮਹੀਨੇ ਨੂੰ 31 ਤੋਂ 33 ਦਿਨ ਤੱਕ ਦਾ ਕਰ ਦਿੱਤਾ ਜਾਂਦਾ। 32 ਦਿਨ ਦਾ ਤੇ ਬਹੁਤ ਵਾਰ ਹੁੰਦਾ ਹੈ, ਪਰ ਕਈ ਵਾਰੀ 33 ਦਿਨਾਂ ਦਾ ਵੀ ਆਇਆ ਹੈ ਜੇਠ ਦਾ ਮਹੀਨਾ। ਸਤਿਗੁਰੂ ਜੇਠ ਦਾ ਭਾਵ ਹੈ ਵੱਡਾ। ਅੱਜ ਸੰਗਰਾਂਦ ਦਾ ਦਿਨ ਹੈ। ਸਤਿਗੁਰੂ ਕਹਿੰਦੇ ਤੂੰ ਵੱਡੇ ਵਾਹਿਗੁਰੂ ਨਾਲ ਜੁੜ ਜਾ, ਖੋ ਸਤਨਾਮ ਸ੍ਰੀ ਵਾਹਿਗੁਰੂ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਖੇ ਸਭ ਨਿਰਮਲ। ਹੁਣ ਦੁਨੀਆਂ ਦੇ ਜਿੰਨੇ ਰਾਜੇ ਬਾਦਸ਼ਾਹ ਹੋਣੇ ਨੇ, ਅੱਜ ਕੋਈ MLA ਹੋਇਆ, ਮੁੱਖ ਮੰਤਰੀ ਦੇ ਗੁੱਡੀ ਹੱਥ ਲਾਈ ਜਾਂਦਾ। ਜਿਹੜਾ ਮੁੱਖ ਮੰਤਰੀ ਹੈ ਉਹ ਨਾਲ ਚੀਫ ਮਿਨਿਸਟਰ ਦੇ ਲਾਈ ਜਾਂਦਾ, ਪਾਰਟੀ ਪ੍ਰਧਾਨ ਦੇ ਲਾਈ ਜਾਂਦਾ। ਸਤਿਗੁਰੂ ਕਹਿੰਦੇ ਉਹਦੇ ਦਿਲ, ਜਿਹੜਾ ਕਿਸੇ ਅੱਗੇ ਨਾ ਝੁਕਦਾ ਹੋਵੇ, ਜਿਹਦੇ ਅੱਗੇ ਸਾਰੇ ਝੁਕਦੇ ਹੋਣ, ਜਿਸ ਅੱਗੇ ਸਭ ਦੇ ਮਨ ਔਰ ਸੱਜਣ ਦਾਵਣ ਲੱਗੇ ਆ, ਕਿਸੇ ਨਾ ਦੇਈ ਵੰਨ ਤੇ ਰੋਕ ਬਣਾ। ਉਹ ਸੱਜਣ ਨੂੰ ਵੰਨ ਸਦਨੇ ਅੱਗੇ ਬੜਾ ਕਰੜਾ ਕਿਹਾ ਸੀ ਭਗਤ ਸਦਨਾ ਜੀ ਕਹਿੰਦੇ। ਉਹ ਕਹਿੰਦੇ ਸਿੰਘ ਸਰਨ ਕੱਤ ਜਾਈਏ ਤਾਂ ਜੰਮੂ ਗ੍ਰਸ ਹੈ। ਕਹਿੰਦੇ ਸ਼ੇਰ ਦੀ ਸ਼ਰਨ ਵਿੱਚ ਰਹਿਣ ਦਾ ਕੀ ਫਾਇਦਾ, ਜੇ ਕਿਦਰਾਂ ਤੋਂ ਚੱਲਣਾ ਪਵੇ। ਉਹਦੀ ਸ਼ਰਨ ਵਿੱਚ ਰਹਿ, ਤੈਨੂੰ ਕਿਸੇ ਦਾ ਭੈ ਨਾ ਹੋਵੇ। ਉਸ ਮਾਲਕ ਦੀ ਸ਼ਰਨ ਸੰਗਰਾਮ ਦਾ ਦਿਹਾੜਾ ਮਨੁੱਖ ਦੇ ਜੀਵਨ ਦਾ। ਸਾਰੇ ਡਰ ਵੀ ਮੁੱਕ ਜਾਂਦੇ, ਵੱਡੇ ਵੱਡੇ ਡਰ ਖਤਮ ਹੋ ਜਾਂਦੇ। ਸਤਿਗੁਰੂ ਰਹਿਮਤ ਕਰਨ ਦਿਆਲ ਵਪਾਰ ਕਰਨ ਸੁਆਮੀ ਆਪਣਾ ਮਾਲਕ ਦੀ ਰਹਿਮਤ ਵਿੱਚ ਜੁੜੇ ਹੋ, ਕੀਰਤਨ ਵਿੱਚ ਜੁੜੇ ਹੋ, ਰੱਬੀ ਬਾਣੀ ਸੁਖਮਨੀ ਸਾਹਿਬ ਜੀ ਦਾ ਜਾਪ ਸਰਵਣ ਕੀਤਾ। ਜ਼ਰੂਰੀ ਨਹੀਂ ਸਾਰਾ ਹੀ ਸਰਵਣ ਕੀਤਾ, ਕਿਤੇ ਇੱਕ ਸ਼ਬਦ ਵੀ, ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਾ। ਇੱਕ ਸ਼ਬਦ, ਇੱਕ ਅੱਖਰ, ਇੱਕ ਕਿਣਕਾ ਜਿਨ੍ਹਾਂ ਦੇ ਮਨ ਵਿੱਚ ਵਸ ਗਿਆ ਉਹ ਦੁਨੀਆਂ ਦੀ ਵੱਡੀ ਪ੍ਰਾਪਤੀ ਕਰ ਜਾਂਦੇ ਨੇ। ਬਸ ਅਰਦਾਸ ਕਰਿਆ ਕਰੀਏ ਕਿ ਸੱਚੇ ਪਾਤਸ਼ਾਹ ਸੰਤ ਸੰਗਤ ਦੀ ਦੌਲਤ, ਇੱਕ ਤੇ ਸੰਗਤ ਦੀ ਦੌਲਤ ਮਿਲ ਜਾਵੇ ਤੇ ਦੂਜੀ ਗੱਲ ਸਾਨੂੰ ਸੰਗਤ ਵਿੱਚ ਆ ਕੇ ਸੱਚ ਪਿਆਰਿਓ। ਅਸੀਂ ਪਹਿਲਾਂ ਤਾਂ ਸੰਗਤ ਵਿੱਚ ਆਉਣ ਲਈ ਦਾਖਲਾ, ਫਿਰ ਸੰਗਤ ਵਿੱਚ ਬੈਠਣ ਦਾ, ਸੰਗਤ ਵਿੱਚ ਸੁਣਨ ਦਾ, ਇਹ ਸਾਡੀ ਇੱਕ ਸੋਝੀ ਹੈ ਤੇ ਸਿੱਖਣਾ। ਤੀਸਰਾ ਅਸੀਂ ਸੰਗਤ ਦੇ ਜੋ ਸਿੱਖਿਆ ਉਹਨੂੰ ਮਨ ਵਿੱਚ ਵੀ ਵਸਾਉਣਾ, ਸੁਣਿਆ ਮੰਨਿਆ ਮਨ ਕੀਤਾ। ਸਾਰੇ ਕੋਸ਼ਿਸ਼ ਕਰਿਓ ਜਗਜੀਤ ਸਾਹਿਬ ਤੇ ਰਹਿਰਾ ਸਾਹਿਬ ਦੇ ਘੁੱਟ ਕੇ ਅੱਖਾਂ ਸਮੇਤ ਘਰਾਂ ਵਿੱਚ ਰੱਖਿਆ ਕਰੋ, ਜ਼ਰੂਰ ਸਾਰੇ ਘਰਾਂ 'ਚ ਪਾਠ ਹੋਵੇ। ਗੁਰੂ ਬਾਬਾ ਮੇਰ ਕਰੇਗਾ।
ਸਦਾ ਹੀ ਖੁਸ਼ੀਆਂ ਰਹਿਣਗੀਆਂ, ਸਦਾ ਹੀ ਰਹਿਣਤਾ ਹੋਣਗੀਆਂ। ਸੋ ਹੋਈਆਂ ਭੁੱਲਾਂ ਦੀ ਖਿਮਾ ਆਓ ਪਤੇ ਦੀ ਸਾਂਝ ਕਰੀਏ। ਧੰਨਵਾਦ ਗੁਰੂ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਪਾਂ ਨੂੰ ਇਹ ਸਮੇਂ ਦਿੱਤੇ ਆ, ਗੁਰੂ ਘਰ ਦੇ ਵਜ਼ੀਰਾਂ ਦਾ ਜਿਹੜੇ ਪਰਵੇ ਦੇ ਬਾਣੀ ਪੜ੍ਹਦੇ ਆ, ਇਹ ਫੁੱਲਾਂ ਦੀ ਧਰਤੀ ਹੈ, ਇਹਨਾਂ ਦਾ ਵੀ ਸਤਿਕਾਰ ਬਹੁਤ ਸਤਿਕਾਰ ਸਾਰੀਆਂ ਸੰਗਤਾਂ ਦਾ। ਤੁਸੀਂ ਕਿੰਨੇ ਜਨਮਾਂ ਦੀ ਭਗਤੀ ਹੋਣੀ ਜਿਹੜੀ ਗੁਰੂ ਦੇ ਗੋਦ 'ਚ ਬੈਠੇ ਆ, ਬੜੀ ਕਮਾਈ ਵਾਲੇ ਆ ਜਿਹੜੇ ਉਹਨਾਂ ਦੇ ਚਰਨਾਂ 'ਚ ਬੈਠੇ। ਵੱਡਾ ਵੀ ਧੰਨਵਾਦ ਝਿੜਕਦਾ ਨਹੀਂ, ਉਹਦੀ ਕਲਾਸ 'ਚੋਂ ਪਾਸ ਨਹੀਂ ਹੋਈ ਵੀ ਸੀ। ਸੋ ਸਾਡਾ ਫਰਜ਼ ਹੈ ਗੁਰੂ ਦੀ ਹਜ਼ੂਰੀ 'ਚ ਬੈਠਣਾ ਅਤੇ ਸੱਚ ਬੋਲਣਾ ਪੈਣਾ। ਜੇ ਅਸੀਂ ਇੱਥੇ ਆ ਕੇ ਜੀ ਜੀ ਕਰੀਏ ਤੁਸੀਂ ਕੀ ਚਾਹੁੰਦੇ ਆ, ਮਾਂ ਪਿਓ ਜੀ ਜਿਹੜੇ ਬੱਚਿਆਂ ਨੂੰ ਵਾਹਿਗੁਰੂ ਜੀ ਕੀ ਤੁਹਾਡੇ ਮੇਰੀ ਬੁੱਕ ਤੇ।